ਦਾ ਐਨਾਲਾਈਟ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਬਦਨਾਮ ਹਾਲੀਵੁੱਡ ਫਿਲਮਕਾਰ ਹਾਰਵੇ ਵੌਨਸਟਾਈਨ ਨੂੰ ਇੱਕ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਵੌਨਸਟਾਈਨ ਨੇ ਪੁਲਿਸ ਸਾਹਮਣੇ ਖੁਦ ਗੁਨਾਹ ਕਬੂਲ ਕਰਕੇ ਆਤਮ ਸਮਰਪਣ ਕੀਤਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਕੁਝ ਮਹੀਨੇ ਪਹਿਲਾਂ ਕੁਝ ਔਰਤਾਂ ਨੇ ਹਾਰਵੇ ਉੱਤੇ ਬੁਰਾ ਵਰਤਾਓ ਕਰਨ ਦੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਵਿਸ਼ਵ ਵਿੱਚ ਮੀਟੂ ਅਭਿਆਨ ਚੱਲਿਆ ਸੀ। ਪਰ ਹੁਣ 66 ਸਾਲ ਦੇ ਵੌਨਸਟਾਈਨ ਪੁਲਿਸ ਸਟੇਸ਼ਨ ਪਹੁੰਚੇ, ਜਿੱਥੇ ਉਹਨਾਂ ਨੇ ਪੁਲਿਸ ਸਾਹਮਣੇ ਆਪਣੇ ਆਪ ਨੂੰ ਆਤਮ ਸਮਰਪਣ ਕਰ ਦਿੱਤਾ। ਮਿਲੀ ਜਾਣਕਾਰੀ ਦੇ ਮੁਤਾਬਿਕ ਵੌਨਸਟਾਈਨ ਨੂੰ ਆਪਣੀ ਜ਼ਮਾਨਤ ਲਈ $10,00,000 ਭਰਨੇ ਪੈਣਗੇ। ਹੁਣ ਉਹਨਾਂ ਦੀ ਯਾਤਰਾ ਨੂੰ ਵੀ ਨਿਯੰਤ੍ਰਿਤ ਕਰ ਦਿੱਤਾ ਗਿਆ ਹੈ ਤੇ ਉਹਨਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਹੈ। ਬਿਊਰੋ ਰਿਪੋਰਟ, ਦਾ ਐਨ ਆਰ ਆਈ ਟੀਵੀ।